परम सत्कार योग गुरु रूप गुरु खालसा साध संगत जी, आप जी नूं पता ही है कि अज दे शुभ दिहाड़े नूं मुख रखदे आ संगतां ने उपराला कीता है बाबा बंदा सिंह बहादुर फतेह। अज आपां भी आए हैं ते किसे समय बाबा बंदा सिंह बहादुर नूं गिरफ्तार करके भी लियांदा होना दिल्ली नूं। मेरा कहण दा मतलब है ना, बाबा बंदा सिंह बहादुर नूं जदों साध संगत दिल्ली नूं लई आउंदे आ उहदे नाल दे साथियां दे मुश्कां दित्तियां मियां रेहड़ियां ते सुट्टे वे आ। मेरा कहण दा मतलब है जिन्हां ने शहीदियां पातगां ਜਿਹੜੇ ਦੇਸ਼ ਕੌਮ ਧਰਮ ਦੇ ਉੱਤੋਂ ਦੀ ਕੁਰਬਾਨ ਹੋ ਗਏ ਉਹਨਾਂ ਦੇ ਧੜ ਨਾਲੋਂ ਸੀਸ ਵੱਖਰੇ ਕਰਕੇ ਨੇਜਾ ਤੇ ਟੰਗ ਲਏ ਵੀ ਕੱਲ ਨੂੰ ਕੋਈ ਸਿੱਖ ਨਾ ਬਣੇ ਦੇਖ ਕੇ ਇਹਨਾਂ ਨੂੰ, ਤੇ 80-80 ਰੁਪਈਏ ਸਿਰਾਂ ਦੇ ਮੁੱਲ ਰੱਖਤੇ। ਮੇਰਾ ਕਹਿਣ ਦਾ ਮਤਲਬ ਹੈ ਬਾਬਾ ਬੰਦਾ ਸਿੰਘ ਬਹਾਦਰ ਦਾ ਕਾਫਲਾ ਦਿੱਲੀ 'ਚ ਲੈ ਆਉਂਦਾ ਹੋਣਾ ਤੇ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਦੇ ਜਥੇ ਨੇ ਚਾਂਦਨੀ ਚੌਂਕ 'ਚ ਆਏ ਜਿੱਥੇ ਵੇ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੇ ਠੀਕਰ ਫੋਰ ਦਲੀਰ ਸਰ ਪ੍ਰਾਪੁਰ ਕੀਓ ਪਿਆਣ ਤੇਗ ਬਹਾਦਰ ਸੀ ਕਿਰਿਆ ਕਰੀ ਨਾ ਕਿਨਖੂ ਤੇਗ ਬਹਾਦਰ ਕੇ ਚਲਤ ਭਿਓ ਜਗਤ ਕੋ ਸੋਗ ਹੈ ਸਭ ਜਗ ਭਿਓ ਜੈ 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 ਸੁਰ ਲੋਕ। ਮੇਰਾ ਮਤਬਲ ਹੈ ਜਦੋਂ ਸਿੰਘਾਂ ਨੇ ਦੇਖਿਆ ਵੀ ਇੱਥੇ ਭਾਈ ਦਿਆਲਾ ਦੇਗ ਚ ਉਬਲਿਆ, ਇੱਥੇ ਭਾਈ ਮਤੀ ਦਾਸ ਨੂੰ ਆਰੇ ਨਾ ਚੀਰਿਆ, ਇੱਥੇ ਭਾਈ ਸਤੀਦਾਸ ਨੂੰ ਰੂਹ ਵਿੱਚ ਲਪੇਟ ਕੇ ਅੱਗ ਲਾਈ ਹੈ, ਅਤੇ ਸਿੰਘਾਂ ਨੇ ਜਕਾਰੇ ਛੱਡਣੇ ਸ਼ੁਰੂ ਕਰਤੇ, ਅਤੇ ਕਿਹੋ ਜਿਹਾ ਸੀਨ ਹੋਣਾ ਬਾਬਾ ਬੰਦਾ ਸਿੰਘ ਬਹਾਦਰ ਦਾ 100 ਸਿੰਘ ਨੇ ਤਸ਼ਹੀਦ ਕਰਦੇ ਆ। ਇੱਕ ਮਾਈ ਦਾ ਇਕਲੌਤਾ ਪੁੱਤ, ਜਿਵੇਂ ਆਪਾਂ ਜਥੇ 'ਚ ਆ ਗਏ, ਮਾਈ ਦਾ ਇਕਲੌਤਾ ਪੁੱਤ ਇੱਕ ਜਥੇ 'ਚ ਆ ਗਿਆ ਅਤੇ ਮਾਈ ਆਣ ਕੇ ਛਡਾਉਣ ਆਈ। ਉਹਨੇ ਰਤਨ ਚੰਦ ਵਜ਼ੀਰ ਨੂੰ ਮਿਲ ਕੇ ਫਰਕਸ਼ੀਰ ਬਾਦਸ਼ਾਹ ਤੱਕ ਅਪਰੋਚ ਕੀਤੀ ਵੀ ਮੇਰੇ ਪੁੱਤ ਨੂੰ ਛੱਡ ਦਿਓ। ਜਦੋਂ ਮਾਈ ਦਾ ਪੁੱਤ ਨੂੰ ਛਡਾਉਣ ਗਏ ਤਾਂ ਮਾਈ ਆਪਦੇ ਪੁੱਤ ਨੂੰ ਕਹਿੰਦੀ ਵੀ ਪੁੱਤ ਤੂੰ ਕਹਿ ਦੇ ਮੈਂ ਗੁਰੂ ਕਾ ਸਿੰਘਣੀ, ਤੈਨੂੰ ਹੁਣੇ ਛੱਡ ਦੇਣਗੇ। ਮਾਈ ਦਾ ਪੁੱਤ ਕਹਿੰਦਾ ਜਿਵੇਂ ਨਾਮਦੇਵ ਨੇ ਦਿੱਲੀ 'ਚ ਕਿਹਾ ਸੀ, ਨਾ ਮੈਂ ਤੇਰਾ ਪੂੰਗਰਾ ਨਾ ਤੂੰ ਮੇਰੀ, ਮੈਂ ਤੇਰਾ ਪੁੱਤ ਨਹੀਂ ਤੂੰ ਮੇਰੀ ਮਾਂ ਨਹੀਂ, ਮੈਨੂੰ ਧਰਮ ਤੋਂ ਡਲਾਉਣੀ ਹੈ। ਮੇਰਾ ਕਹਿਣ ਦਾ ਮਤਲਬ ਹੈ ਅੱਜ ਉਹ ਸਾਧ ਸੰਗਤ ਕਿਸਾਨ ਮੋਰਚੇ ਦੇ ਵਿੱਚ ਆਪਾਂ ਸ਼ਾਮਿਲ ਹੋਏ ਹਾਂ, ਜਿਹਦੀ ਖਾਤਰ ਬਾਬਾ ਬੰਦਾ ਸਿੰਘ ਬਹਾਦਰ ਦੇ ਜਥੇ ਨੂੰ ਨਾਂ ਰੱਖਦੇ ਹਾਂ। ਅਤੇ ਬੇਨਤੀ ਮੈਂ ਕਰਦਾ ਵੀ ਜੇ ਮੋਰਚੇ ਨੂੰ ਸਫਲਤਾ ਕਰਨੀ ਆ, ਸਿੰਘ ਸਾਹਿਬਾਨ ਬੈਠੇ ਆ, ਮਹਾਂਪੁਰਖ ਬੈਠੇ ਆ, ਸੰਤ ਕਿੰਨੇ ਆਏ ਵੇ ਆ, ਸੰਤ ਤਾਂ ਇੱਕ ਨਹੀਂ ਮਾਣ ਹੁੰਦਾ ਬਈ, ਸੱਚੀ ਗੱਲ ਹੈ। ਸੰਤ ਬਾਬਾ ਅਤਰ ਸਿਉਂ ਇੱਥੇ ਸਾਢੇ 600 ਰਾਜਾ ਬੈਠਾ, ਅਤੇ ਜਦੋਂ ਸੰਤ ਕਹੇ ਕੋਈ ਖਰੀਦੇ ਸਮਾਨ ਹੈ ਨਹੀਂ ਰਾਜਾ, ਝੂਠੇ ਮਹਾਰਾਜੇ ਮਾਤ ਲੋਕ ਦੇ। ਸੰਤ ਬਾਬਾ ਅਤਰ ਸਿੰਘ 650 ਰਾਜਾ ਬੈਠਾ ਹੋਵੇ ਦਿੱਲੀ ਦੇ ਵਿੱਚ, ਅਤੇ ਵੱਡੇ ਵੱਡੇ ਉਹਦੇ ਚਰਨੀ ਡਿੱਗਣ, ਸੰਤ ਦੀ ਇਹ ਤਾਕਤ ਹੈ। ਮੇਰਾ ਕਹਿਣ ਦਾ ਮਤਲਬ ਹੈ, ਮੈਂ ਸਮਾਪਤੀ ਕਰਾਂ, ਸਾਧ ਸੰਗਤ ਕਿਸਾਨ ਮੋਰਚੇ ਨੂੰ ਸਫਲਤਾ ਦੇਣੀ ਹੈ ਤਾਂ ਜਿਵੇਂ 10ਵੇਂ ਪਾਤਸ਼ਾਹ ਦੀ ਬਹਾਦਰ ਸ਼ਾਹ ਨੇ ਵੋਟ ਲਈ ਸੀ, ਐਂ ਵੋਟ ਲੈ ਲਓ। ਦੇਖੋ ਬਹਾਦਰ ਸ਼ਾਹ ਨੇ ਵੋਟ ਲਈ, ਨਾਲੇ ਔਰੰਗਜ਼ੇਬ ਦਾ ਬਾਦਸ਼ਾਹ ਦਾ ਪੁੱਤ ਸੀ, ਔਰੰਗਜ਼ੇਬ ਬਾਦਸ਼ਾਹ 10ਵੇਂ ਪਾਤਸ਼ਾਹ ਦਾ ਦੁਸ਼ਮਣ ਸੀ। ਮੇਰਾ ਕਹਿਣ ਦਾ ਮਤਲਬ ਹੈ ਤਾਰੇ ਆਜ਼ਮ ਨੂੰ ਮਾਰ ਕੇ ਸਾਧ ਸੰਗਤ ਜੋਜੂ ਦੇ ਕਿਲ੍ਹੇ ਕੋਲੇ, ਅਤੇ 10ਵੇਂ ਪਾਤਸ਼ਾਹ ਨੇ ਬਹਾਦਰ ਸ਼ਾਹ ਨੂੰ ਰਾਜ ਲੈ ਕੇ ਦਿੱਤਾ। ਜੇ 10ਵੇਂ ਜੇ ਵੋਟ ਲੈਣੀ ਹੈ, ਇਹਨੂੰ ਸਫਲਤਾ ਕਰਨਾ ਹੈ, ਤਾਂ ਇਉਂ ਲਓ ਜਿਵੇਂ ਨਾਹਣ ਦੇ ਰਾਜੇ ਨੇ 10ਵੇਂ ਪਾਤਸ਼ਾਹ ਦੀ ਵੋਟ ਲਈ, ਜੋ ਸੁੱਖ ਕੋ ਚਾਹੇ ਸਦਾ ਸ਼ਰਨ ਰਾਮ ਕੀ ਲੇ। ਜੇ ਗੁਰੂ ਦੀ ਵੋਟ ਲੈ ਲਾਂਗੇ ਤਾਂ ਇਹ ਮੋਰਚਾ ਗੱਲ ਵੀ ਕੁਛ ਵੀ ਨਹੀਂ, ਕੋਈ ਵੀ ਚੀਜ਼ ਨਹੀਂ, ਐਵੇਂ ਹੀ ਹੈ। ਅਤੇ ਜੇ ਆਪਾਂ ਗੁਰੂ ਦੀ ਵੋਟ ਨਾ ਲਈ ਤਾਂ ਫਿਰ ਬੜਾ ਮੁਸ਼ਕਿਲ ਬਣ ਜਾਣਾ। ਮੈਂ ਬੇਨਤੀ ਕਰਾਂ, ਨਾਹਣ ਦੇ ਰਾਜੇ ਨੇ 10ਵੇਂ ਪਾਤਸ਼ਾਹ ਦੀ ਵੋਟ ਲਈ, ਅੱਜ ਤਾਈਂ ਨਾਹਣ ਦਾ ਰਾਜਾ ਨਾ ਆਉਂਦਾ। ਰਾਏਪੁਰ ਦੀ ਰਾਣੀ ਨੇ 10ਵੇਂ ਪਾਤਸ਼ਾਹ ਦੀ ਵੋਟ ਲਈ ਅਤੇ 10ਵੇਂ ਪਾਤਸ਼ਾਹ ਨੂੰ ਕਹਿੰਦੀ ਬਾਬਾ ਜੀ ਮੇਰਾ ਰਾਜ ਬਣਿਆ ਰਹੇ, ਅਤੇ ਮਹਾਰਾਜ ਕਹਿਣ ਲੱਗੇ ਨਾ, ਉਦੋਂ ਹਜੇ ਅੰਮ੍ਰਿਤ ਤਿਆਰ ਨਹੀਂ ਸੀ ਹੋਇਆ, 10ਵੇਂ ਪਾਤਸ਼ਾਹ ਉਹਦੇ ਪੁੱਤ ਦੇ ਸਿਰ 'ਤੇ ਹੱਥ ਰੱਖ ਕੇ ਕਹਿੰਦੇ ਰਾਣੀ ਇਉਂ ਕਰੀ, ਆਪਦੇ ਪੁੱਤ ਨੂੰ ਜਟਾ ਜੂਟ ਰੱਖੀ, ਤੇਰੀ ਰਾਜਵੰਨੀ ਕੋਈ ਝਾਕ ਵੀ ਨਹੀਂ ਸਕਦਾ। ਅਜੇ ਵੀ ਰਾਏਪੁਰ ਦੀ ਰਾਣੀ ਦਾ ਨਾਂ ਵੱਜਦਾ ਹੈ। ਇਹ ਆ ਗੁਰੂ ਦੀ ਵੋਟ ਲੈਣ ਦਾ ਸਾਧ ਮਸਲਾ, ਗੁਰੂ ਦੀ ਵੋਟ ਲਈਏ। ਸਬੂਤ ਸੰਗਤਾਂ ਨੂੰ ਬੇਨਤੀ ਹੈ
तड़कों उठ के एक जपजी साहब का पाठ करके, जो तड़को आप अमृत वेले उठते हैं ना, एक जपजी साहब का पाठ करके तो गुरु के चरणों में नमस्कार करके अरदास करया करो। सच्चे पात अरदास करया करो, तुद बिन दूजा ना ही कोई तू करतार कर। तो फिर क्या व्यर्थी करे ना खो भी जन की अरदास। मोर्चा सासन सफल हो जू। वाहिगुरु जी का खालसा, वाहिगुरु जी की।